ਇੰਡੀਆ ਨਿਊ ਸਿੱਖੀ ਦੀ ਸ਼ਾਨ ਦਸਤਾਰ ਤੇ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਬਾਬਾ ਜੀ ਆਏ ਨੇ ਪੂਰਾ ਸਿੱਖੀ ਵਾਲਾ ਬਾਨਾ ਪਾਇਆ ਹੈ ਗੱਲ ਕਰਾਂਗੇ ਬਾਈ ਜੀ ਆਪਣਾ ਨਾਮ ਅਵਤਾਰ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਜੀ ਮੈਂ ਜੋਟੀ ਮੇਰੀ ਸਤਖੰਡ ਜੂਰ ਸਭ ਤੋਂ ਲੱਗੀ ਆ ਭੱਜਿਆ ਮੈਂ ਕਮਾਲਪੁਰ ਤੋਂ ਜੰਗਲਾਮਾ ਦੇ ਕੋਲੋਂ ਆ ਨਾਨਕਿਆਂ ਤੋਂ ਪਿੰਡ ਮੇਰਾ ਜੋਧਾ ਮਸੂਰਾ ਬੇਦੀਆਂ ਦਾ ਤੇ ਮੈਂ ਢਾਲੀ ਸਾਹਿਬ ਦੀ ਸੇਵਾ ਕਿਰਾ ਕੇ ਆ ਬਚਪਨ ਚ ਆਪਣੇ ਦਸਵੇਂ ਪਛੇਸਤਾਨ ਦੇ ਉੱਤੇ ਫਿਰ ਮਹਾਨ ਨੇ ਮੇਰੀ ਸੇਵਾ 19 ਸਾਲਾਂ ਬਾਅਦ ਮੇਰੀ ਸੇਵਾ ਲੱਗੀ ਗੁਰਦੁਆਰਾ ਮਾੜੀ ਸਾਹਿਬ ਪਾਤਸ਼ਾਹੀ 6ਵੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਤਾਨ ਦੇ ਉੱਤੇ ਮਾਨ ਸਲੋਵਰ ਕਾਰ ਸਲੋਵਰ ਸੇਵਾ ਸਲੋਵਰ ਦੀ ਸੇਵਾ ਗੁਰੂ ਸਾਹਿਬ ਨੇ ਸੇਵਾ ਲਈ ਤੇ ਮਹਾਰਾਜ ਦੀ ਕਿਰਪਾ ਹੁਣ ਸੇਵਾ ਨਗਰ ਦੀ ਪਿੰਡ ਦੀ ਸੰਗਤ ਸੇਵਾ ਕਰਾ ਰਹੀ ਹੈ ਭਾਈ ਭਾਈ ਗੱਲ ਕਰੀਏ ਦਸਤਾਰ ਦੀ ਬਹੁਤ ਸੋਹਣੀ ਦਸਤਾਰ ਤੁਸੀਂ ਸਜਾਈ ਹੈਗੀ ਹੈ ਕਿੰਨੇ ਮਤਲਬ ਕਿੰਨਾ ਟਾਈਮ ਲੱਗਿਆ ਔਰ ਕਿੰਨਾ ਪਾਰ ਹੈਗਾ ਇਸ ਦਸਤਾਰ ਦਾ ਇੱਕ ਕਿਰਪਾ ਮੈਨੂੰ ਦੱਸੋ ਪਾਤਸ਼ਾਹ ਦੇ ਸਤਾਨ ਤੋਂ ਤੇ ਜੇ ਮੇ ਪਾਸਸ ਤਾਂ ਤੋਂ ਹੋਈ ਐ ਮੈਂ ਦਸਤਾਰ ਦਾ ਪ੍ਰਚਾਰ ਬਚਪਨ ਤੋਂ ਹੀ ਕਰਦਾ ਆਉਨਾ ਪਰ ਪਹਿਲਾਂ ਮੈਂ ਨਿੱਕਾ ਹੁੰਦਾ ਦਸਤਾਰ ਛੋਟੀ ਸੀ ਹੁੰਦਾ ਸੀਗਾ ਕੋਈ ਮੈਂ ਅੱਜ ਤੋਂ 25 ਸਾਲਾਂ ਤੋਂ ਮੈਂ ਦਸਤਾਰ ਜਿਹੜੀ ਐ ਮੈਂ ਵੱਡਾ ਸਿਆਰਿਆ ਵਾਂ ਮਹਾਰ ਦੀ ਹੁਣ ਮੈਂ ਚਲੋ ਮੈਂ ਹੁਣ ਘਟਾਈ ਐ ਹੁਣ ਮੈਂ ਵਧਾਈ ਨਹੀਂ ਹਜੇ ਤੇ 713 ਮੀਟਰ ਤੋਂ ਮਹਾਰ 95 ਕਿਲੋ ਦੀ ਦਸਤਾਰ ਕਿੱਟ ਵੱਖਰੀ ਕੜੇ ਬਕਰੇ 15-15 ਕਿਲੋ ਬਾਹਾਂ ਚ ਪਾਇ ਸੀ ਜਦ ਮੈਂ ਗਿਆ ਹੇਮਪੁਰ ਸਾਹਿਬ ਪਰ ਮੈਂ ਨਹੀਂ ਗਿਆ ਮਹਾਰਾਜ ਲਗਾਏ ਮੈਂ ਤਾਂ ਪ੍ਰਚਾਰ ਕਰਦਾ ਗਿਆ ਮੈਸੇਜ ਦਿੰਦਾ ਆਂ ਭਾਈ ਐ ਮਹੀਨਾ ਇੱਕ ਦੂਜੇ ਨੇ ਮੱਥੇ ਟੇਕੋ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕੋ ਮਾਪੇ ਬਾਪੂ ਨੂੰ ਮੱਥਾ ਟੇਕੋ ਤਿਆਰ ਪਰ ਤਿਆਰ ਹੋਵੋ ਗੁੱਡੀਆਂ ਬਟੋਲੀਆਂ ਨਾ ਬਨੋ ਦਾੜੀ ਮੋਛਾਂ ਨਾ ਬਣਾਓ ਪੱਗਾਂ ਲਾ ਕੇ ਨਾ ਤੇਰੇ ਫਿਰ ਨਮੀਆਂ ਨਮੀਆਂ ਨੰਗੀਆਂ ਟੀਮਾਂ ਤੁਰੀਆਂ ਫਿਰਦੀਆਂ ਗੁਰੂ ਘਰ ਵਿੱਚ ਆ ਕੇ ਇਹ ਕੰਮ ਨਹੀਂ ਆ ਵੀ ਗੁਰਦਵਾਰ ਚ ਰਮਾਲ ਲੈ ਲਾਂਗੇ ਆਪਣੇ ਘਰਾਂ ਚ ਪੇਟੀਆਂ ਭਰੀਆਂ ਪਈਆਂ ਗੁਰਦੁਆਰ ਆਪਣੇ ਘਰਾਂ ਚੋਂ ਉਪਕਰਾਂ ਚੋਂ ਪੇਟੀਆਂ ਉਹ ਕੀ ਕਰਨੀਆਂ ਨੇ ਆਪਾਂ ਜੇ ਘਰ ਚੋਂ ਪੱਗ ਬੰਨ ਕੇ ਨਹੀਂ ਆ ਸਕਦੇ ਆਪਾਂ ਗੁਰੂ ਘਰ ਵਿੱਚ ਮੈਂ ਇੱਕ ਪ੍ਰਚਾਰ ਕਰ ਰਿਹਾ ਮੈਨੂੰ ਕੋਈ ਗਰਮੀ ਨਹੀਂ ਲੱਗਦੀ ਮੈਂ 85 ਕਿਲੋ ਦਾ ਕੰਬਲ ਦਾ ਫੁੱਲ ਰੱਖਿਆ ਹੋਇਆ ਤੇ ਮਹਾਰਾਜ ਦੀ ਕਿਰਪਾ ਨਾਲ 70 75 ਰੁਪਏ ਦੇ ਘਟੋਕਾ ਦਸਤੀ ਦੇ ਲਾਗੇ ਸਾਗੇ ਸ਼ਾਸਤਰ ਨੇ 32000 ਦੀ ਦਸਤਾਰ ਸੀ ਆਈ ਹੋਈ ਆ ਇਹ ਕੀ ਦੀ ਕਿਰਪਾ ਵਾ ਮਹਾਰਾਜ ਦੀ ਬਾਜਾਂ ਵਾਲੇ ਦੀ ਤੇ ਕਲਗੀ ਧਰਦੀ ਭਾਈ ਤਿਆਰ ਪਰ ਤਿਆਰ ਹੋਵੋ ਪੜਾਈ ਵੀ ਕਰੋ ਤੇ ਪੜ੍ਹਾਈ ਨੂੰ ਖੂਜ ਨਾ ਪਾਓ ਨਸ਼ਿਆਂ ਦੇ ਵਿੱਚ ਨਿੰਦਿਆ ਚੁਗਲੀ ਦੇ ਵਿੱਚ ਮਾਪੇ ਬੰਦੂਖੀ ਕਰਕੇ ਜਾਂ ਮਾਪੇ ਨੂੰ ਪਿੰਗਲਵਾੜੇ ਛੱਡ ਕੇ ਧੰਨਵਾਦ ਕਰਦੇ ਆਂ ਨਾ মিডিਆ ਵਾਲਿਆਂ ਦਾ ਜਿਹੜੇ ਦਸਤਾਰ ਦਾ ਪ੍ਰਚਾਰ ਕਰ ਰਹੇ ਐ ਤੇ ਆਪਣੇ ਬਾਣੀ ਦਾ ਪ੍ਰਚਾਰ ਕਰ ਰਹੇ ਐ 550 ਸਾਲੇ ਸਮਰਪਤ ਕੋਨੇ-ਕੋਨੇ ਤੇ ਸਾਰੇ ਚੈਨਲ ਸਾਰੇ ਮੁਲਕਾਂ ਚੋਂ ਆ ਕੇ ਅਬ ਜਿਹੜੇ ਸੰਗਤਾਂ ਨਹੀਂ ਆ ਰਹੀਆਂ ਸੁਲਤਾਨਪੁਰ ਉਹਨਾਂ ਨੂੰ ਘਰੇ ਬੈਠੇ ਦਰਸ਼ਨ ਕਰਾ ਰਹੇ ਨੇ ਕਿ ਅੱਜ ਦੇਖੋ ਭਾਈ ਗੁਰੂ ਨਾਨਕ ਸਾਹਿਬ ਦਾ ਕਦੇ ਪੈਟਰੋਲ ਨਹੀਂ ਮੁੱਕਿਆ ਜਿਹੜੇ ਡੁਪਲੀਕੇਟ ਬਾਬੇ ਨਾਨਕ ਬਣਦੇ ਆ ਨਾ ਉਹਨਾਂ ਦੇ ਰਸਤੇ 'ਚ ਹੀ ਮੁੱਕ ਜਾਂਦਾ ਤੇ ਪਿਆਰਿਓ ਜਿਹੜੇ ਜਵਾਕ ਹੁੰਦੇ ਉਹਨਾਂ ਦਾ ਪੈਟਰੋਲ ਮੁੱਕਦਾ ਹੀ ਹੁੰਦਾ ਵੀ ਦਸਤਾਰ ਬਹੁਤ ਵੱਡੀ ਐ ਬਹੁਤ ਸਜਰੀ ਐ ਕਿੰਨਾ ਸਮਾਂ ਲੱਗਦਾ ਐ ਦਸਤਾਰ ਬੰਨਣ ਨੂੰ ਦਸਤਾਰ ਮੈਂ ਨਾਮ ਜਪਦਾ ਚੌਂਕੜਾ ਮਾਰ ਕੇ ਜਪ ਨਹੀਂ ਹੁੰਦਾ ਤੇ ਮੈਨੂੰ 5-6 ਘੰਟੇ ਨਾਲੇ ਮੈਂ ਨਾਮ ਜਪਦਾ ਮਾਂ ਨਾਲੇ ਮੈਂ ਦਮਾਲਾ ਸੀ ਉਹਨਾਂ ਮੈਂ ਖੜ ਕੇ ਦਮਾਲਾ ਸੀ ਉਹਨਾਂ ਖੜ ਕੇ ਹੀ ਮੈਂ ਆਪਣਾ ਸਿਮਰਨ ਕਰਦਾ ਨਾਲੇ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਨਾਲ ਜਦੋਂ ਮੈਂ ਤਿਆਰ ਪ੍ਰਚਾਰ ਹੋ ਜਾਣਾ ਫਿਰ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਸੁੱਚੇ ਮੂੰਹ ਪਹਿਲਾਂ ਖਾਵੋ ਨਾ ਪੀਵੋ ਨਾ ਪਹਿਲਾਂ ਸੁੱਚੇ ਮੂੰਹ ਗੁਰੂ ਸਾਹਿਬ ਦੇ ਦਰਸ਼ਨ ਕਰੋ ਅੱਛਾ ਗੱਲ ਕੀਤੀ ਜਾਵੇ ਕਰਤਾਰਪੁਰ ਲੰਗਾ ਅੱਜ ਖੁੱਲਣ ਵਾਲਾ ਹੈਗਾ ਹੈ ਹਮੇਸ਼ਾ ਦਰਸ਼ਨ ਦਿਦਾਰ ਮੰਗਦੇ ਸੀ ਗੁਰੂ ਸਾਹਿਬ ਤੋਂ ਜਿਹੜੇ ਗੁਰੂ ਘਰਾਂ ਤੋਂ ਵਿਛੋੜਾ ਪਿਆ ਸੀਗਾ ਤੇ ਹੁਣ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਵੀ ਇੱਥੇ ਆਏ ਸੀ ਨਤਮਸਤਕ ਹੋਏ ਗੁਰਦੁਆਰਾ ਬੇਰ ਸਾਹਿਬ ਤੇ ਹੁਣ ਕਰਤਾਰਪੁਰ ਲੰਗ ਦਾ ਉਦਘਾਟਨ ਕਰਨ ਲਈ ਚੱਲ ਗਏ ਆ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕੀ ਕੀ ਕਰਨਾ ਚਾਹੋਗੇ ਮੈਂ ਅਮਰਤੁੱਲ ਤਿਆਰ ਹੋ ਰਿਹਾ ਵਾਂ ਪਰ ਮੈਂ ਉਹਦੇ ਹੁਕਮ ਚੀਜ਼ ਚਲੋ ਮੈਸੇਜ ਹੀ ਆ ਇਹ ਵੀ ਸੰਗ ਉਹਦੇ ਕੋਲ ਪਹੁੰਚ ਰਿਹਾ ਵਾ ਸਾਰਿਆਂ ਦੇ ਕੋਲੇ ਬਈ ਜਿਹੜਾ ਮਰਦਾ ਸਤਾਨ ਸਾਨੂੰ 50 60 ਸਾਲ ਤੋਂ ਉੱਪਰ ਹੋ ਗਏ ਅਰਦਾਸ ਕਰਦੇ ਆਨੂੰ ਮਹ ਮਹਾਰਾਜੀ ਅਸੀਂ ਟਿਕਟਾਂ ਲੇ ਤਾਂ ਐਦਾ ਹੀ ਜਾਣੇ ਜਕਾਰੇ ਛੱਡ ਕੇ ਮਹਾਰਾਜ ਆਧਾਰ ਕਾਰਡ ਦਿਖਾ ਕੇ ਕੋਈ ਆਜੂ ਸਮਾਂ ਉਹ ਹੁਣ ਸਮਾਂ ਆ ਗਿਆ ਇਹ ਅਸੀਂ ਸ਼ਾਬਾਸ਼ ਪ੍ਰਧਾਨ ਮੰਤਰੀ ਆਪਣੇ ਜੋ ਇਹ ਇਹਨਾਂ ਨੇ ਪਰਉਪਕਾਰ ਗੁਰੂ ਨਾਨਕ ਸਾਹਿਬ ਦੇ ਸਤਾਨ ਤੋਂ ਅਰਦਾਸ ਬੇਨਤੀ ਕਰਕੇ ਇਥੋਂ ਖੁਸ਼ੀ ਪ੍ਰਾਪਤ ਕਰਕੇ ਇਥੋਂ ਉਹ ਮਹਾਰਤ ਚਰਨ ਸਾਰੇ ਟੀਮ ਜਿਹੜੀ ਹੈ ਉਸ ਸਥਾਨ ਤੇ ਕਰਤਾਰਪੁਰ ਸਾਹਿਬ ਪਹੁੰਚ ਗਏ ਆ ਉਹ ਜਹਾਜਾਂ ਦੇ ਰਾਹੀਂ ਉਹਨਾਂ ਨੇ ਆਰੰਭ ਆਰੰਭ ਵੀ ਕਰਤਾ ਮੈਂ ਕਿਹਾ ਸੰਗਤਾਂ ਨੇ ਉਹਨਾਂ ਨੇ ਤੋਰ ਵੀ ਦਿੱਤੀਆਂ ਹੋਣੀਆਂ ਉਹਨਾਂ ਨੇ ਸੰਗਤਾਂ ਨੇ ਕਰਤਾਰਪੁਰ ਸਾਹਿਬ ਸਥਾਨ ਦੇ ਉੱਤੇ ਪਰ ਸਾਨੂੰ ਵੀ ਟਾਈਮ ਲੱਗ ਜੂਗਾ ਸਾਨੂੰ ਵੀ ਮਹਾਰਾਜਾ ਕਿਰਪਾ ਕਰਦਣਗੇ ਵੀ ਜੇ ਅਸੀਂ ਅੱਜ ਆਈ ਸੁਲਤਾਨਪੁਰ ਸਾਹਿਬ ਅਸੀਂ ਹਾਜ਼ਰੀਆਂ ਭਰ ਰਹੇ ਆ ਸਾਨੂੰ ਮਹਾਰਾਜਾ ਇੱਥੋਂ ਨਹੀਂ ਜਾਣ ਦਿੰਦੇ ਜਦੋਂ ਸਾਨੂੰ ਇੱਥੋਂ ਵੀ ਕਿਤੇ ਯਾਤ ਦੇਣਗੇ ਅਸੀਂ ਵੀ ਸਾਰ ਨੂੰ ਬੇਨਤੀ ਕਰਕੇ ਕੋਈ ਚਿੱਠੀ ਪੱਤਰ ਇਹਦਾ ਕੋਈ ਲਿਖਾ ਕੇ ਜਾਵਾਂਗੇ ਵੀ ਸਾਨੂੰ ਕੋਈ ਰੋਕੇ ਨਾ ਅਸੀਂ ਆਪ ਦੀ ਗੱਡੀ ਵਿੱਚ ਜਾਈਏ ਜੀਪ ਦੇ ਵਿੱਚ ਅਸੀਂ ਸਾਬਣਦਾਨੀਆਂ ਵਿੱਚ ਬਹਿ ਨਹੀਂ ਸਕਦੇ ਉਹਨਾਂ ਦੀ ਛੱਤਾਂ ਨੀਵੀਆਂ ਹੁੰਦੀਆਂ ਦਿਮਾਲਾ ਸਾਡਾ ਵੱਡਾ ਭਾਰਾ ਵਾ ਉੱਚਾ ਵਾ ਕਿਸੇ ਵੀ ਗੱਡੀ 'ਚ ਨਹੀਂ ਬਹਿ ਸਕਦੇ ਨਾ バス ਵਿੱਚ ਨਾ ਰੇਲ ਗੱਡੀ ਵਿੱਚ ਨਾ ਕਿਸੇ ਹੋਰ ਗੱਡੀਆਂ ਵਿੱਚ ਸਾਡੀ ਆਪਣੀ ਗੱਡੀ ਵੱਢ ਕੇ ਬਣਾਈ ਹੋਈ ਆ ਤੇ ਆਜੂ ਸਮਾਂ ਮੈਂ ਧੰਨਵਾਦ ਕਰਦਾ ਸੁਨਣਾ ਸਰਕਾਰਾਂ ਦਾ ਜਿਨ੍ਹਾਂ ਨੇ ਇਹ ਐਡਾ ਵੱਡਾ ਪਰਉਪਕਾਰ ਕਰਕੇ ਜੋ ਇੰਨੇ ਸਾਲਾਂ ਤੋਂ ਅਸੀਂ ਅਰਦਾਸਾਂ ਬੇਂਤੀਆਂ ਕਰਦੇ ਸੁਖਣਾ ਸੁਖਣੇ ਮਾਰਾ ਕਦੋਂ ਸਮਾਂ ਆਊ ਉਹ ਸਮਾਂ ਬਿਲਕੁਲ ਨਜ਼ਦੀਕ ਹੈ ਭਈ ਪਾਸਪੋਰਟ ਮੇਰੇ ਖਾਲ ਨਹੀਂ ਪਾਸ ਹੋਇਆ ਆਧਾਰ ਕਾਰਡ ਹੀ ਪਾਸ ਹੋ ਗਿਆ ਵਾ ਛੜ ਦੋ ਜਕਾਰਾ ਆਪਾਂ ਆਧਾਰ ਕਾਰਡ ਹੀ ਜਾਵਾਂਗੇ ਲੇਕਿਨ ਬਾਬਾ ਜੀ ਸਾਸੇ ਕਾਲ ਜਿਹੜੀ ਤੁਸੀਂ ਗੱਲ ਕੀਤੀ ਕੀ ਆਧਾਰ ਕਾਰਡ ਨਾਲੀ ਲੇਕਿਨ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਹਨਾਂ ਨੇ ਪਹਿਲਾਂ ਤਾਂ ਕਹਿ ਦਿੱਤਾ ਸਿਕਸ ਸੰਗਤਾਂ ਨੂੰ ਪਾਸਪੋਰਟ ਦੀ ਕੰਡੀਸ਼ਨ ਹਟਾ ਦਈ ਲੇਕਿਨ ਪਾਕਿਸਤਾਨ ਆਰਮੀ ਨੇ ਫਿਰ ਯੂ ਟਰਨ ਮਾਰ ਲਿਆ ਤੇ ਕਹਿ ਦਿੱਤਾ ਕਿ ਨਹੀਂ ਸਿਕਸ ਸੰਗਤਾਂ ਨੂੰ ਵੀ ਪਾਸਪੋਰਟ ਜ਼ਰੂਰੀ ਹੈ ਤੇ ਇਸ ਤੀਕੀ ਕਹਿਣਾ ਚਾਹੁੰਗੇ ਜੇ ਕੋਈ ਨਾ ਨੇ 1500 ਰੁਪਏ ਟਿਕਟ ਜਿਹੜੀ ਰੱਖੀ ਆ ਉਹ ਰੱਖ ਲੈਣ ਪਾਸਪੋਰਟ ਨਾ ਬਣਾਉਣ ਕੋਈ ਗਰੀਬ ਬੰਦੇ ਹੁੰਦੇ ਆ ਪਾਸਪੋਰਟ ਨਹੀਂ ਬਣਾ ਸਕਦੇ ਤੁਸੀਂ ਆਪਣੀਆਂ ਘਾਰਦਾ ਅਲੌਨਸ ਸਕਿਉਰਟੀਆਂ ਲੋਨ ਜੇ ਇਹਨਾਂ ਨੂੰ ਕੋਈ ਲੱਗਦਾ ਹੈਗਾ ਪਰ ਅਸੀਂ ਪਾਸਪੋਰਟ ਨਹੀਂ ਬਣਾਵਾਂਗੇ ਸਾਡੀ ਤਾਂ ਇਹੀ ਬੇਨਤੀ ਆ ਬਈ ਧੰਨਵਾਦ ਸਮਝਾਂਗੇ ਗੁਰੂ ਗ੍ਰੰਥ ਸਾਹਿਬ ਵੱਲੋਂ ਬਈ ਜੇ ਤੁਸੀਂ ਸਾਰੀ ਸੰਗਤ ਨੂੰ ਮਾਈ ਭਾਈ ਬਿਡੇ ਬਜ਼ੁਰਗ ਸਿਆਣੇ ਕੋਈ 50 50 ਸਾਲ ਦੇ 100 100 ਸਾਲ ਦੇ ਜਿਹੜੇ ਆਧਾਰ ਕਟਾ ਕੇ ਸਾਨੂੰ ਯਾਦ ਚ ਦੇ ਦੇਣਗੇ ਧੰਨਵਾਦ ਉਹ ਖੁਸ਼ੀ ਲੈ ਰਹੇ ਆ ਪੁੰਨ ਤੇ ਨਾਲੇ ਫਲੀਆਂ ਅੱਛਾ ਬਾਬਾ ਜੀ ਹੋਰ ਗੱਲ ਪੰਜਾਬ ਧਰਤੀ ਹੈ ਕਿ ਇਹ ਗੁਰੂ ਸਾਹਿਬ ਨੇ ਸਿੱਖਤਾ ਪੂਰੀ ਧਰਤੀ ਦੇ ਵਸਰੇ ਆ ਚਾਹੇ ਕੋਈ ਵੀ ਦੇਸ਼ ਹੋਵੇ ਲੇਕਿਨ ਗੱਲ ਕੀਤੀ ਹੈ ਪੰਜਾਬ ਚ ਸਭ ਤੋਂ ਜਿਆਦਾ ਸਿੱਖ ਕਮਿਊਨਿਟੀ ਹੈਗੀ ਸਿੱਖ ਧਰਮ ਹੈਗਾ ਲੇਕਿਨ ਦਿੱਲੀ ਦੀ ਜਿਹੜੀ ਕੇਜਰੀਵਾਲ ਸਰਕਾਰ ਹੈ ਉਹਨਾਂ ਨੇ ਕਿਹਾ ਫੀਸ ਆਪ ਹੀ ਆਪਣੇ ਖਜ਼ਾਨੇ ਤੋਂ ਭਰਾਂਗੇ ਹਰਿਆਣਾ ਦੀ ਖੱਟਰ ਸਰਕਾਰ ਨੇ ਕਹਿ ਦਿੱਤਾ ਸੀ ਆਪਣੇ ਖਜ਼ਾਨੇ ਤੋਂ ਭਰਾਂਗੇ ਲੇਕਿਨ ਪੰਜਾਬ ਸੂਬੇ ਦੀ ਸਰਕਾਰ ਕੈਪਟਨ ਸਰਕਾਰ ਨੇ ਹਜੇ ਤੱਕ ਫੀਸ ਭਰਨ ਦਾ ਖਜ਼ਾਨੇ ਚੋਂ ਭਰਨ ਦਾ ਫੈਸਲਾ ਨਹੀਂ ਲਿਆ ਦੇਖੋ ਇਹਦਾ ਨੂੰ ਕਰਨਾ ਪੈਣਾ ਵਾ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਇੱਥੇ ਕੋਈ ਚੜ ਕੇ ਆਇਆ ਉਹ ਲੈ ਕੇ ਗਿਆ ਜਿਹੜਾ ਇੱਥੇ ਹਮੇਸ਼ਾ ਬਾਦ ਨਿਰਮਤਾ ਨਾਲ ਆਇਆ ਸਭ ਕੁਝ ਹੀ ਲੈ ਕੇ ਗਿਆ ਇੱਥੇ ਹੀ ਮਿਲਦਾ ਸਾਰਾ ਕੁਝ ਉਹ ਕਰਨਗੇ ਸਾਰਾ ਕੁਝ ਕਰਨਾ ਪੈਣਾ ਨਾਲ ਮਿਲ ਕੇ ਸਾਰੇ ਵਿਚਾਰ ਨਾਲ ਉਹ ਗੁਰਮਤਿ ਦਾ ਸਾਰਾ ਪਹਿਲਾ ਕਰਨ ਕਰਨਾ ਚਾਹੀਦਾ ਕਰਨਗੇ ਪਰ ਅਜੇ ਹੁਕਮ ਦੇ ਵਿੱਚ ਹੀ ਅਸੰਗਤ ਦੀ ਆਵਾਜ਼ ਜਿਹੜੀ ਆ ਉਹ ਸਾਰਾ ਨਹੀਂ ਸਰਬਨ ਕਰ ਰਹੇ ਵੀ ਕੀ ਵਜਨ ਚੱਲਣ ਲਿਆ ਵਾ ਜਾ ਕੇ ਉਹਨਾਂ ਨੂੰ ਕਰਨਾ ਪੈਣਾ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਖਲੋ ਸਭ ਦੇ ਸਾਂਝੇ ਹੈ ਉਹਨਾਂ ਦਾ ਕੋਈ ਇਹ ਨਹੀਂ ਵੀ ਇਕੱਲਾ ਹੀ ਹੈ ਉਹਨਾਂ ਨੂੰ ਕੋ ਮੱਕੇ ਜਾਂਦੇ ਆ ਉਹ ਜਾ ਕੇ ਜਾ ਕੇ ਪੀਰ ਕਹਿ ਕੇ ਪੂਜਾ ਕਰ ਰਹੇ ਆ ਕੋਈ ਉਧਰ ਹੋ ਜਾਂਦੇ ਉਹ ਚਾਦਰ ਪਾਉਂਦੇ ਆ ਉੱਤੇ ਜਾ ਕੇ ਉਹ ਚਾਦਰ ਚੱਕਦੇ ਆ ਚਾਦਰ ਥੱਲੇ ਲੋਪ ਹੋ ਜਾਂਦੇ ਆ ਉਹ ਚਾਦਰ ਪਾੜਦੇ ਆ ਕਹਿੰਦੇ ਸਾਡੇ ਆ ਕਹਿੰਦੇ ਸਾਡੇ ਆ ਇਸ ਕਰਕੇ ਮਹਾਰਾਜ ਕਿਤੇ ਨਹੀਂ ਗਏ ਮਹਾਰਾਜ ਹਾਜ਼ਰ ਨਾ ਦਿੰਦੇ ਮਹਾਰਾਜ ਸਾਰੇ ਸਰੀਰ ਸਮੇਤ ਮਹਾਰਾਜ ਜੀ ਸਾਰੇ ਪਾਸੇ ਹਾਜ਼ਰ ਨਾ ਦਿੰਦੇ ਪ੍ਰਤਾਕ ਨੇ ਇੱਕ ਹੋਰ ਗੱਲ ਸਿੱਖਾਂ ਨੇ ਹਮੇਸ਼ਾ ਦੇਸ਼ ਲਈ ਜਾਣਾ ਵਾਰੀਆਂ ਨੇ ਕੁਰਬਾਨੀਆਂ ਗੁਰੂ ਸਾਹਿਬ ਨੇ ਵੀ ਕੀਤੀਆਂ ਉਸ ਤੋਂ ਬਾਅਦ ਹੁਣ ਵੀ ਅਗਰ ਗੱਲ ਕੀਤੀ ਜਾਵੇ ਬਾਰਡਰਾਂ ਤੇ ਕੋਈ ਵੀ ਹੋਵੇ ਜਾਨਵਾਰਦੇ ਨੇ ਹਮੇਸ਼ਾ ਸਿੱਖ ਤਿਆਰ ਰਹੇ ਨੇ ਦੇਸ਼ ਲਈ ਲੇਕਿਨ ਗੱਲਾਂ ਚੱਲਦੀਆਂ ਨੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ইমরান ਖਾਨ ਆ ਜਾਂ ਪਾਕਿਸਤਾਨ ਦੀ ਸਟ੍ਰੈਟਜੀ ਹੈਗੀ ਹੈ ਕਿ ਸਿੱਖ ਸੰਗਤਾਂ ਨੂੰ ਇੱਥੇ ਮਾਹੌਲ ਖਰਾਬ ਕੀਤਾ ਜਾਵੇ ਭੜਕਾਇਆ ਜਾਵੇ ਕਰਤਾਰਪੁਰ ਕੋਰੀਡੋਰ ਦੇ ਰਾਹੀਓ ਗਲਤ ਮਨਸੂਬਿਆਂ ਨੂੰ ਵੀ ਇੰਜਾਮ ਦੇ ਸਕਦੇ ਆ ਇਹ ਕਹਿਣਾ ਹੈਗਾ ਸੂਤਰਾਂ ਦਾ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜਾ ਪੈੜਾ ਬਾਨਾ ਇਹ ਕੋਈ ਨਵੀਂ ਨਹੀਂ جنگ ਲੜਨ ਲੱਗੇ ਜੰਗ ਜਿਹੜਾ ਹੈਗਾ ਸ਼ੁਰੂ ਤੋਂ ਤੋੜ ਤੋਂ ਚੱਲਦਾ ਆ ਰਿਹਾ ਚੱਲ ਰਿਹਾ ਚੱਲ ਰਿਹਾ ਬਾਰਡਰਾਂ ਦੇ ਦੇਖੋ ਤਾਂ ਸਾਡੇ ਗੁਰਸਿੱਖ ਨੇ ਜਿੱਥੇ ਮਾਜੀ ਦੇਖੋ 400 ਵੀਰੇ ਪੰਜਾਬ ਪੁਲਿਸ ਲਾਓ ਤਾਂ ਸਾਡੇ ਗੁਰਸਿੱਖ ਨੇ ਮਰੇ ਜਾਂ ਕਿ ਹੋਰ ਬੱਤਲ ਮਹਾਰ ਦੀ ਕਿਰਪਾ ਦੇ ਨਾਲ ਇਹ ਸਾਰੇ ਉਹਦੇ ਹੁਕਮ ਵਿੱਚ ਹੀ ਐ ਇਹ ਡਿਊਟੀਆਂ ਨੇ ਪਰਮੇਸ਼ਰ ਦੇ ਉਹਦੇ ਹੁਕਮ ਵਿੱਚ ਜਿੱਦੀ ਕੋਈ ਆਪਣੀ ਲੈਂਡ ਛੱਡੋ ਨਾ ਕਿਸੇ ਦੀ ਲੈਂਡ ਫੜੋ ਨਾ ਤੇ ਮਹਾਰ ਨੇ ਆਖਿਆ ਵੀ ਤੁਸੀਂ ਆਪਣੇ ਧਰਮ ਤੇ ਕਾਇਮ ਰਹੋ ਧਰਮ ਕੋਈ ਵੀ ਆ ਵੀ ਕਿਸੇ ਦੇ ਧਰਮ ਦੇ ਖਿਲਾਫ ਜਾਂ ਕੋਈ ਕਿਸੇ ਵੀ ਗੁਰਸਿੱਖ ਦੇ ਠੇਸ ਜਾ ਕੋਈ ਵੀ ਕਿਸੇ ਗੁਰਸੇ ਤੇ ਕੋਈ ਆਣਤਾ ਹੀ ਜਾਂ ਕੋਈ ਵੀ ਗੁਰਸੇ ਤੇ ਕੋਈ ਵੀ ਭੀੜਤਾ ਹੀ ਆਉਂਦੀ ਆ ਉਹ ਸਰਕਾਰਾਂ ਦਾ ਫਰਜ ਬਣਦਾ ਹੈ ਅਸੀਂ ਅਰਦਾਸ ਕਰਦੇ ਹਾਂ ਸਰਕਾਰੇ ਦਰਬਾਰੇ ਵੀ ਮਹਾਰਾ ਚੜ੍ਹਦੀ ਕਲਾ ਕਰੋ ਸਰਕਾਰਾਂ ਦਰਬਾਰਾਂ ਨੂੰ ਜੇ ਸਰਕਾਰਾਂ ਚੜ੍ਹਦੀ ਕਲਾ ਚ ਰਹਿਣਗੀਆਂ ਤਾਂ ਸਾਰੇ ਆਪਣੇ ਦੇਸ਼ ਕੰਮ ਦਾ ਦਿਖਵਾ ਲਈ ਬਾਬਾ ਜੀ ਜਿਹੜੀ ਗੱਲ ਚੱਲ ਰਹੀ ਹੈ ਕਿ ਪਾਕਿਸਤਾਨ ਗਲਤ ਮਨਸੂਬਿਆਂ ਨੂੰ ਅੰਜਾਮ ਦੇ ਸਕਦਾ ਹੈ ਕਰਤਾਰਦੀਪੁਰ ਕੋਰੀਡੋਰ ਦੇ ਥਰੂ ਭੜਕਾ ਸਕਦਾ ਹੈ ਸਿੱਖ ਸੰਗਤਾਂ ਨੂੰ ਇਹੋ ਜੇ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਸਿਕਤਾਈ ਰੱਖੋ ਆਪਣੇ ਤਿਆਰ ਪ੍ਰਚਾਰ ਰੱਖੋ ਬੰਗਾ ਪਾ ਕੇ ਤੇ ਜਾਣਾ ਨੀਗਾ ਭਈ ਅੱਗੇ ਵੀ ਆਪਾਂ ਕੁਰਬਾਨਾ ਪਾ ਕੇ ਆਏ ਸੀ ਆਪਾਂ ਵੱਡੀਆਂ ਅੱਗੇ ਸਭ ਕੁਝ ਛੱਡਿਆ ਸੀ ਉੱਥੇ ਆਪਾਂ ਕਿਹਾ ਕਿ ਨਹੀਂ ਉੱਥੋਂ ਕਿਹੜਾ ਕੁਝ ਲੈ ਕੇ ਆਪਾਂ ਆਏ ਸੀ ਪਾਕਿਸਤਾਨੋਂ ਦੇ ਵਿੱਚ ਜਦੋਂ ਆਪਾਂ ਆਏ ਸੀ ਪੰਜਾਬ ਵਿੱਚ ਇਸ ਕਰਕੇ ਆਪ ਆਪਣੇ ਸਰੀਰ ਹੀ ਬਚਾ ਕੇ ਆਏ ਸੀ ਛੱਡਿਆ ਲੁੱਟ ਲਿਆ ਲੁੱਟ ਰਿਆ ਕਰ ਕਿਸ ਤਰ੍ਹਾਂ ਵੀ ਆ ਭਈ ਆਪਣਾ ਸ਼ਾਸਤਰ ਤਲਵਾਰ ਹਰ ਇੱਕ ਗੁਰਸਿੱਖ ਦੇ ਕੋਲੇ ਚਾਹੀਦੀ ਹੈ ਜਿਹਨੂੰ ਬੱਬਰ ਸ਼ੇਰ ਕਹਾਉਂਦਾ ਪਾਕਿਸਤਾਨ ਪੜਕਾ ਸਕਦਾ ਹੈ ਮੈਨੂੰ ਤੋੜਾ ਮੰਨਣਾ ਹੈ ਕਿ ਮਤਲਬ ਸਿੱਖ ਪੜਕ ਸਕਦੇ ਆ ਸਾਡਾ ਤਾਂ ਮੰਨਣਾ ਹੈ ਤਾਂ ਸਿੱਖ ਹਮੇਸ਼ਾ ਦੇਸ਼ ਲਈ ਤਤਪਰ ਰਹਿੰਦੇ ਆ ਦੇਸ਼ ਭਗਤੀ ਭਰੀ ਹੋਈ ਹੈ ਸਿੱਖਾਂ ਚ ਲੇਕਿਨ ਜਿਵੇਂ ਗੱਲਾਂ ਚੱਲਦੀਆਂ ਨੇ ਕਿ Imran Khan ਜੀ ਸਰਕਾਰ ਪਾਕਿਸਤਾਨ ਦੀ ਆਰਮੀ ਪੜਕਾ ਸਕਦੀ ਹੈ ਸਿੱਖਾਂ ਨੂੰ ਜਿਹੜੇ ਉਧਰ ਦਰਸ਼ਨ ਕਰਨ ਜਾਣਗੇ ਅਸੀਂ ਤਾਂ ਕਹਾਂਗੇ ਨਹੀਂ ਪੜਕਾਉਣਗੇ ਚੰਗੇ ਰਹਿਣਗੇ ਤੁਹਾਡੇ ਨਾਲ ਅਸੀਂ ਉ ਤਾਂ ਤੁਸੀਂ ਵੀ ਸਾਡੇ ਨਾਲ ਵਾ ਸਾਰੇ ਤੇ ਗਨੀ ਖਾਨ ਨਵੀ ਖਾਨ ਉਹ ਵੀ ਮੁਸਲਮਾਨ ਸੀਗੇ ਉਹ ਵੀ ਮਾਰਦੇ ਮਾਰਦੇ ਚਰਨਾ ਚ ਉੱਚਦਾ ਪੀਰ ਬਣ ਕੇ ਜਦੋਂ ਆਏ ਮਾਛੂਆੜੇ ਤੋਂ ਉਹ ਸੱਜੇ ਖੱਬੇ ਲਾਲ ਮੋਢਾ ਲਾਇਆ ਤੇ ਉਹ ਵੀ ਸੀਗੇ ਜਿਹੜੇ ਆਪਣੇ ਘਰੇ ਵੀ ਰਾਤ ਤੱਕ ਕਟਾਈਆਂ ਮਤਲਬ ਮੁਸਲਮਾਨਾਂ ਨਾਲ ਵੈਰ ਨਹੀਂ ਸੀਗਾ ਜ਼ੁਲਮ ਨਾਲ ਸੀ ਵੀ ਜੁਲਮ ਕਰ ਰਹੇ ਆ ਬਈ ਉਹ ਸਾਡਾ ਉਹਦੋਂ ਤੱਕ ਸਾਡਾ ਹੈਗੀ ਆ ਚਾਹੇ ਕੋਈ ਵੀ ਆ ਸਾਨੂੰ ਤਾਂ ਐਵੇਂ ਹਜ਼ਾਰ-ਹਜ਼ਾਰ 15-1500 ਮਸਾਂ ਹੁੰਦੇ ਕੱਲੇ-ਕੱਲੇ ਸਿੰਘ ਨੂੰ ਸਿੰਘ ਤਾਂ ਕੋਨੇ-ਕੋਨੇ ਤੇ ਬੈਠੇ ਸਿੰਘ ਦਾ ਸ਼ਬਦ ਨਾ ਮਾਰ ਦੇਣਗੇ ਬਾਣੀ 'ਚ ਬੜੀ ਸ਼ਕਤੀ ਆ ਪਰ ਸਿੱਖ ਜਿਹੜਾ ਸ਼ਕਤੀ ਵਰਤਦਾ ਨਹੀਂ ਉਹ ਤੇਰਾ ਕੀ ਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਬਾਬਾ ਜੀ ਆਖਰ 'ਚ ਫੇਰ ਕੋਲ ਦਸਤਾਰ ਦੀ ਗੱਲ ਕਰਾਂਗੇ ਤੁਸੀਂ ਬਹੁਤ ਸੋਹਣੀ ਦਸਤਾਰ ਸਜਾਈਏ ਬਹੁਤ ਵੱਡੀ ਦਸਤਾਰ ਸਜਾਈਏ ਤੇ ਜਿਹੜੇ ਹੈਗੇ ਨੇ ਆਪਣੇ ਮਤਲਬ ਨੌਜਵਾਨ ਜਿਹੜੇ ਦਸਤਾਰਾਂ ਨਹੀਂ ਸਜਾਉਂਦੇ ਰੋਮਾਂ ਦੀ ਬੀਅਰ ਵੀ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਰੰਗਜੀਤ ਨੇ ਕਿਹਾ ਸੀ ਨਾ ਮੈਂ ਦਸਤਾਰ ਨਹੀਂ ਸੀ ਔਣ ਦੇਣੀ ਤੇ ਹੁਣ ਅਸੀਂ ਰੰਗਜੀਤ ਦੀ ਅਸੀਂ ਕੌਮ ਤਾਂ ਹੈ ਨਹੀਂ ਵੀ ਅਸੀਂ ਦਸਤਾਰ ਨਾਲ ਅੱਗੇ ਤੁਰੇ ਫਿਰਦੇ ਭਈਆ ਬਣ ਕੇ ਤੁਰੇ ਫਿਰਦੇ ਆ ਗਿੱਦੜ ਬਣ ਕੇ ਤੁਰੇ ਫਿਰਦੇ ਆ ਇਹ ਮਰਦਵਾ ਮੈਂ ਦਸਤਾਰ ਦਾ ਮੈਸੇਜ ਦੇ ਰਿਆ ਮਾ ਸਾਡੇ ਬਾਬਾ ਮੇਜਰ ਸਿੰਘ ਜੀ ਦਸਤਾਰ ਦਾ ਪ੍ਰਚਾਰ ਕਰ ਰਹੇ ਨੇ ਹੋਰ ਵੀ ਆਪਣੇ ਵਿੱਚ ਬੇਅੰਤ ਗੁਰਸਿੱਖ ਨੇ ਬੁੱਢੇ ਦਲ ਦੇ ਵਿੱਚ ਹਰੀਆਂ ਬੇਲਾਂ ਵਾਲੇ ਚ ਵਿਧੀ ਚੰਦੀਆਂ ਦੇ ਵਿੱਚ ਬਾਬੇ ਪਕਾਲੀਆਂ ਦੇ ਵਿੱਚ ਕਾਫੀ ਸਭ ਜਥੇਬੰਦੀਆਂ ਦੇ ਵਿੱਚ ਫੌਜ ਹੈਗੀਆਂ ਨੇ ਜਿਹੜੀਆਂ ਬੇਅੰਤ ਵੱਡੇ ਵੱਡੇ ਦਮਾਲੇ ਸੇ ਆ ਕੇ ਪ੍ਰਚਾਰ ਕਰ ਰਹੇ ਆ ਪੱਗ ਦਾ ਭਾਈ ਉਹ ਸਾਨੂੰ ਕੋਈ ਭਾਈ ਗਰਮੀ ਨਹੀਂ ਲੱਗਦੀ ਤੁਸੀਂ ਕਾਦੇ ਪੱਗ ਲਾਈ ਫਿਰਦੇ ਆ ਤੁਸੀਂ ਕੇਸ ਕਿਉਂ ਮਨਾਈ ਫਿਰਦੇ ਆ ਤੁਹਾਡੀਆਂ ਮਾਮਾ ਨੇ ਮੀਡੀਆਂ ਕਰ ਕਰਕੇ ਮਖੜੀਆਂ ਦਾ ਇਸ਼ਨਾਨ ਕਰਾ ਕਰਾ ਕੇ ਤੁਹਾਡੇ ਕੇਸ ਬਣਾਏ ਤੁਹਾਡੇ ਕੇਸ ਵਧਾਏ ਤੇ ਤੁਸੀਂ ਅੱਜ ਤੁਸੀਂ ਆਪਣਾ ਮਾਂ ਦੀ ਕਦਰ ਕਰੋ ਪਿਓ ਦੀ ਕਦਰ ਕਰੋ ਪਿਓ ਤੁਹਾਡਾ ਗੁਰ ਸਿੱਖਾ ਤੁਹਾਡਾ ਪਿਓ ਦਸਤਾਰ ਸਜਾਉਂਦਾ ਸੀ ਤੁਸੀਂ ਕਿਉਂ ਆਪਣੇ ਦਸਤਾਰ ਲਾ ਕੇ ਤੁਰੇ ਫਿਰਦੇ ਆ ਤੁਹਾਡਾ ਪਿਓ ਕਥਾ ਬਾਚਕਾ ਪ੍ਰਚਾਰਕਾ ਵਿਦਵਾਨ ਹੈ ਤੇ ਬਈਆ ਕਿਉਂ ਆਪਣੇ ਬਣ ਕੇ ਆਪਣੇ ਤੁਰੇ ਫਿਰੇ ਤੇ ਆਪਣੇ ਭਈਏ ਦੇ ਪੱਗ ਬੰਨੀ ਹੋਵੇ ਅਗਲੇ ਸਰਦਾਰ ਜੀ ਬੋਲੀ ਜੀ ਫਤਿਹ ਬਿਲਾ ਦਿਓ ਫੇਰ ਇੱਕ ਵਾਰ ਜੀ ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦਾ ਫਤਿਹ ਬਲੋਣੀ ਗੁਰਮਤ ਮੱਥਾ ਟੇਕਣਾ ਮੰਨਮਤ ਕਿਸੇ ਵੀ ਬੰਦੇ ਨੂੰ ਮੱਥਾ ਟੇਕਣਾ ਮੰਨਮਤ ਹੈ ਫਤਿਹ ਬਲੋਣੀ ਗੁਰਮਤ ਹੈ ਸਤਿਕਾਰ ਕਰੋ ਆਦਬ ਕਰੋ ਪਰ ਦੋਵੇਂ ਹੱਥ ਜੁੜ ਕੇ ਫਤਿਹ ਬਿਲਾਓ ਸਾਰੇ ਕਾਰਜ ਫਤਿਹ ਹੋ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਇੱਥੇ ਅਸੀਂ ਤੁਹਾਨੂੰ ਦਰਸ਼ਨ ਕਰਵਾਇਆ ਸਾਸ੍ਰੀ ਕਾਲ ਇੱਥੇ ਤੁਹਾਨੂੰ ਇਹ ਦਰਸ਼ਨ ਕਰਾਇਆ ਜਿਹੜੇ ਸਿੰਘਾਂ ਅਗਰਵਾ ਲਿਵਰ ਅਤੇ ਗੱਟ ਸੁਪਰ ਸਪੈਸ਼ੈलिटी ਹਸਪੀਟਲ ਜੇਪੀ ਨਗਰ ਜਲੰਧਰ ਇੱਥੇ ਹਰ ਤਰ੍ਹਾਂ ਦੀ ਪੇਟ ਤੇ ਲਿਵਰ ਦੀਆਂ ਬਿਮਾਰੀਆਂ ਜਿਵੇਂ ਪੀਲੀਆ ਖੂਨ ਦੀ ਉਲਟੀ ਪਿੱਤੇ ਦੀ ਪੱਥਰੀ ਅਤੇ ਪੇਟ ਤੇ ਲਿਵਰ ਦੇ ਕੈਂਸਰ ਦਾ ਇਲਾਜ ਵਿਦੇਸ਼ੀ ਤਕਨੀਕ ਨਾਲ ਮਾਹਿਰ ਡਾਕਟਰਾਂ ਵੱਲੋਂ ਤਸੱਲੀ ਬਖਸ਼ ਕੀਤਾ ਜਾਂਦਾ ਹੈ ਸੰਪਰਕ ਕਰੋ 01815020070